ਕਰ ਲੈ ਇਹਨੂੰ ਮਾਂ ਨੂੰ ਇੱਕ ਪਾਸੇ। ਉਹ ਤੈਨੂੰ ਵੇਖਦਾ ਨੀ ਇੰਨਾ ਹੋਇਆ, ਉਹ ਇੰਨਾ ਤੂੰ ਹੋਇਆ ਟਰੈਕਟਰ ਤੇ ਚੜਿਆ, ਤੇਰੇ ਤੌਰ ਭੌਰ ਘੁੰਮੇ ਅੱਜ। ਤੈਨੂੰ ਨੀ ਵੇਖਦਾ ਵੀ ਏਡਾ ਟਰੈਕਟਰ ਆਉਂਦੇ ਆ, ਅੱਖਾਂ ਤੇਰੀਆਂ ਨਿੱਕੀਆਂ ਵਾ। ਓਏ ਇੰਨੇ ਲਾਂਬੇ ਕਰ, ਲਾਂਬੇ ਤੂੰ ਕਰ। ਅਸੀਂ ਟਰੈਕਟਰ ਵੇਖੇ ਆ, ਇਹ ਖੋਤਾ ਰੜੀ ਨਾ ਸਮਝ ਇਹਨੂੰ। ਵੇਖ ਲਾ ਫੇਰ ਉਹੀ ਗੱਲ। ਇਹ ਟਰੈਕਟਰ ਦੇ ਵਿੱਚ ਕੋਈ ਚੀਜ਼ ਵੱਜ ਗਈ ਨਾ ਤੇ ਮੈਂ, ਤੈਨੂੰ ਪਤਾ ਨਵਾਂ ਟਰੈਕਟਰ ਛਿਲਣਾ ਹੀ। ਹਾਂ ਨਵਾਂ ਵੀ ਪੱਲੇ ਹੁਣ ਤੇ ਰੰਗ ਇਹਦਾ ਤੇ 34 ਸਾਲ ਪੁਰਾਣਾ ਖੁਰਿਆ ਆ। ਅੱਗੇ ਜੋੜੀ ਉਹਦੀ, ਉਹਨੂੰ ਮੱਤ ਨੀ ਦਿੱਤੀ ਤੂੰ? ਹਾਂ ਮੱਤ ਨੀ ਦਿੱਤੀ ਤਾਂ ਟਰੈਕਟਰ ਪਿੱਛੇ ਕਰ। ਟਰੈਕਟਰ ਨੀ ਉਹ ਪਿੱਛੇ ਹੋਣਾ, ਮੈਂ ਤੈਨੂੰ ਦੱਸ ਦਵਾਂ। ਸਿਆਣੇ ਸਹੀ ਆਂਦੇ ਆ ਕਿ ਜਿਹੜੇ ਵੇਲੇ ਬੰਦੇ ਨੇ ਮਰਨਾ ਹੋਵੇ ਨਾ, ਉਸ ਜਗ੍ਹਾ ਤੇ ਆਪ ਹੀ ਪਹੁੰਚ ਜਾਂਦਾ। ਮੌਤ ਤੈਨੂੰ ਰੇੜੀ ਤੇ ਚੁੱਕੀ ਫਿਰਦੀ ਆ, ਖੋਤੇ ਨੂੰ ਤੇਰੇ ਘਰ ਦਾ ਪਤਾ, ਇਹਨੂੰ ਤੇਰੀ ਲਾਸ਼ ਘਰ ਪਹੁੰਚਾਉਣੀ। ਉਹ ਪਹੁੰਚਾਉਣੀ ਆ, ਵੇਖ ਲਾਂਗਾ ਮੈਂ ਤੈਨੂੰ ਜਿਹੜੇ ਵੇਲੇ ਤੂੰ ਸਾਨੂੰ ਨਾ ਵਾਰ ਪਾਉਣਾ ਆ। ਉਹ ਤੂੰ ਬਚ ਗਿਆ ਛੀਮਿਆ ਅੱਗੇ, ਸਮਝਦਾ ਨਾ? ਅੱਗੇ ਕਿਹੜਾ, ਅੱਗੇ ਤੂੰ ਬਚ ਗਿਆ। ਆਹੋ ਇਹ ਤੂੰ ਏਡਾ ਤੂੰ ਕਢਾਈ ਵਾਲਾ ਸੂਟ ਪਾ ਕੇ ਕਨਵਰ ਗਿਰੇਵਾਲ ਦਾ ਸਾਲਾ ਬਣਿਆ ਨਾ ਜਿਹੜਾ ਅੱਜ, ਤੂੰ ਜਿਹੜਾ ਖੋਤੀ ਰਹਿਣੀ ਤੇ ਏਡਾ ਤੂੰ ਦਰਦ ਘਰ ਆ ਹੀ ਬਣਿਆ ਮਰੇ। ਉਹ ਮਾਮਾ ਤੈਨੂੰ ਵੇਖ ਲਾਂਗੇ ਅਸੀਂ। ਉਹ ਵੇਖ ਲਾ ਹੁਣ, ਫੇਰ ਨੀ ਉਹ ਵੇਖਿਆ ਜਾਣਾ, ਫੇਰ ਤੇਰੀ ਲਾਸ਼ ਹੋ ਜਾਣੀ, ਫੇਰ ਤੇਰੇ ਘਰਦਿਆਂ ਨੇ ਨੀ ਵੇਖਣਾ। ਮੈਂ ਕਹਿੰਦਾ ਇਹਨੂੰ ਪਿੱਛੇ, ਉਹ ਪਿੱਛੇ ਕਰ ਲਾ, ਕਿਉਂ ਮਰਨੀ ਹੁੰਦਾ? ਵੇਖ ਹੁੰਦਾ ਹੀ ਤੇ ਕਰ ਲਾ, ਕਰ ਲਾ। ਉਹ ਤੂੰ ਹੀ ਕਰਨਾ ਟਰੈਕਟਰ ਪਿੱਛੇ, ਉਹ ਤੂੰ ਖੋਤੀ ਰੇੜੀ ਪਰੇ ਕਰ ਮਰੇ। ਏਡੀ ਟੁੱਟੀ ਭੱਜੀ ਖੋਤੀ ਜਿਹੜੀ ਲਈ ਫਿਰਦਾ, ਖਲੋਤੇ ਜੋ ਦੋ ਟਰੈਕਟਰ ਖਲੋਤੇ ਆ ਹਵੇਲੀ, ਤੇ ਕੱਢੋ ਬਾਹਰ ਚੋਰੀ ਦੇ ਆ, ਕੱਢਾ ਜੇ ਬਾਹਰ ਜਿਸ ਵੇਲੇ ਸਾਨੂੰ ਲੋੜ ਪਊਗੀ। ਹੈ ਉਦਣ ਮੋਟਰਸਾਈਕਲ ਸੁੱਟੀ ਤੇ ਬਚ ਗਿਆ, ਅੱਜ ਟਰੈਕਟਰ ਤੇਰੇ ਤੋਂ ਚੜਦਾ ਹੀ ਤੇ ਨਾ ਪਤਾ ਲੱਗਣਾ ਖੋਤਾ ਕਿਹੜਾ ਤੇ ਤੂੰ ਕਿਹੜਾ। ਮੈਂ ਕਹਿੰਦਾ ਛੀਮਿਆ ਅੱਜ ਤੂੰ ਨਾ ਬਹੁਤਾ ਕੋਈ ਨਾ ਵਾਧੇ ਪਿਆ ਆ, ਮਾਸਾ ਟਰੈਕਟਰ ਤੇ ਜੀ ਚੜ ਗਿਆ, ਤੇਰੀ ਨਾ ਤੌਰ ਭੌਰ ਘੁੰਮੇ ਆ ਤੂੰ ਨਸਲ ਤੌਰ ਭੌਰ। ਤੈਨੂੰ ਨੀ ਪਤਾ ਉੱਥੋਂ ਤੂੰ ਮੁੜਿਆ ਵੀ ਅੱਗੋਂ ਟਰੈਕਟਰ ਆਉਂਦਿਆ। ਅਸੀਂ ਤੇਰਾ ਕਦੇ ਇੱਕ ਪਾਸੇ ਕਰ ਲਈਏ, ਥੱਲੇ ਲਾ ਲਾ ਪੈਲੀਆਂ 'ਚ ਮੈਂ, ਤੇ ਲਾ ਲਾ ਤੇਰੀ ਖੋਤੇ ਦੇ ਪੈਰ ਭੇਜਦੇ ਆ। ਹਾਂ ਤੈਨੂੰ ਟਰੈਕਟਰ ਮੁੜਦਾ ਨੀ ਗਾ, ਸਿੱਧੇ ਵਾਲਾ ਲਿਆ ਆ ਤੂੰ, ਇਹ ਨੀ ਕੱਟ ਕੁੱਟ ਹੁੰਦਾ ਇੱਧਰ ਉੱਧਰ ਨੂੰ, ਤੂੰ ਕਰ ਹਾਂ ਲਾ ਥੱਲੇ। ਮੈਂ ਨਾ ਗੋਗਿਆ ਮੁੜ ਜਾ, ਤੂੰ ਬਹਾਨੇ ਭਾਲਣਾ ਕੋਈ ਨਾ ਕੋਈ ਮਰਨ ਦੇ। ਮੈਂ ਨਾ ਵਾ ਵੀ ਤੂੰ ਨਾ ਇਹ ਨਸਲਾਂ ਜਿਹੜੀਆਂ ਵਾ ਨਾ ਤੁਸੀਂ ਸਾਡੇ ਹੱਥੋਂ ਮੁਕਾਉਣੀਆਂ, ਪਤਾ ਨੀ ਤੁਹਾਨੂੰ ਕਿਹੜੀ ਗੱਲ ਦੀ ਖਮਾਰ ਕਰੀ। ਪਿੱਛੇ ਖਾਨਦਾਨ ਆ ਪੂਰਾ, ਤੇ ਤੇਰੇ ਪਿੱਛੇ ਗੋਗਿਆ ਰੋਣ ਵਾਲਾ ਕੋਈ ਨੀ। ਉਹ ਸ਼ਾਮੀ 5 ਵਜੇ ਮਸੀਤੇ ਲਾਉਣ ਹੋਣਾ ਕਿ ਗੋਗੇ ਕਾ ਜਨਾਜ਼ਾ ਇਸ਼ਾ ਕੇ ਬਾਅਦ ਉਠਾਇਆ ਜਾਏਗਾ। ਮੈਂ ਨਾ ਵਾ